ਸਸਟੇਨੇਬਲ ਐਜੂਕੇਸ਼ਨ ਵਰਲਡ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਪੰਜਾਬ ਟੈਟ ਦਾ ਦੀ ਪ੍ਰੀਖਿਆ ਜਿਹੜੀ ਕਿ 24 ਦਸੰਬਰ ਨੂੰ ਲਈ ਗਈ ਸੀ, ਉਹਦੀ ਆਨਸਰ ਕੀ ਜਿਹੜੀ ਹੈਗੀ ਹੈ ਉਹ 30 ਦਸੰਬਰ ਯਾਨੀ ਕਿ ਕੱਲ ਦੇ ਦਿਨ ਰਿਲੀਜ਼ ਕਰ ਦਿੱਤੀ ਗਈ ਸੀ। ਇਸ ਵੀਡੀਓ 'ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੀ ਆਨਸਰ ਕੀ ਰਿਲੀਜ਼ ਕੀਤੀ ਸੀ ਉਸ ਨੂੰ ਤੁਸੀਂ ਚੈੱਕ ਕਿਵੇਂ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਕੁਐਰੀ ਆ ਰਹੀ ਸੀ ਕਿ ਆਨਸਰ ਕੀ ਜਿਹੜੀ ਹੈਗੀ ਉਹ ਸ਼ੋਅ ਨਹੀਂ ਹੋ ਰਹੀ। ਤੇ ਇੱਕ ਵਾਰੀ ਫੇਰ ਧਿਆਨ ਨਾਲ ਵੇਖੋ, ਧਿਆਨ ਨਾਲ ਸੁਣੋ ਕਿ ਆਨਸਰ ਕੀ ਕਿਵੇਂ ਸ਼ੋਅ ਹੋਏਗੀ। ਉਹਦੇ ਲਈ ਤੁਸੀਂ www.pstech.pseb.ac.in ਤੇ ਜਾਣਾ ਹੈ। ਫਿਰ ਉਹਦੇ ਤੇ ਲੈਫਟ ਹੈਂਡ ਸਾਈਡ ਤੁਹਾਨੂੰ ਇੱਕ ਆਪਸ਼ਨ ਮਿਲੇਗਾ ਰਜਿਸਟਰਡ ਯੂਜ਼ਰ ਦਾ। ਰਜਿਸਟਰਡ ਯੂਜ਼ਰ ਤੇ ਕਲਿੱਕ ਕਰਕੇ ਮੇਕ ਸ਼ੋਰ ਕਿ ਤੁਹਾਡੇ ਕੋਲ ਜਿਹੜਾ ਹੈਗਾ ਉਹ ਤੁਹਾਡਾ ਯੂਜ਼ਰ ਨੇਮ, ਆਈਡੀ, ਪਾਸਵਰਡ ਹੈਗਾ। ਤਿੰਨੋਂ ਚੀਜ਼ਾਂ, ਦੋਨੋਂ ਚੀਜ਼ਾਂ, ਆਪਣੀ ਰਜਿਸਟਰਡ ਆਈਡੀ ਤੇ ਨਾਲ ਹੀ ਨਾਲ ਆਪਣਾ ਪਾਸਵਰਡ ਆਪਣੇ ਲਾਗੇ ਰੱਖ ਕੇ ਬੈਠੋ ਤੇ ਰਜਿਸਟਰਡ ਯੂਜ਼ਰ ਦੇ ਉੱਤੇ ਕਲਿੱਕ ਕਰਕੇ ਯੂਜ਼ਰ ਨੇਮ ਦੇ ਵਿੱਚ ਅਬ ਤੁਸੀਂ ਆਪਣੀ ਰਜਿਸਟਰਡ ਆਈਡੀ ਫਿਲ ਕਰਨੀ ਹੈ। ਰਜਿਸਟਰਡ ਆਈਡੀ ਫਿਲ ਕਰਨੀ ਹੈ, ਧਿਆਨ ਰੱਖਣਾ ਕਿ ਤੁਸੀਂ ਨਿਊ ਯੂਜ਼ਰ ਤੇ ਨਹੀਂ ਜਾਣਾ, ਰਜਿਸਟਰਡ ਯੂਜ਼ਰ ਵਾਲੇ ਆਪਸ਼ਨ ਤੇ ਹੀ ਕਲਿੱਕ ਕਰਨਾ ਹੈ। ਰਜਿਸਟਰਡ ਯੂਜ਼ਰ ਆਪਸ਼ਨ ਤੇ ਕਲਿੱਕ ਕਰਕੇ ਆਈਡੀ ਦੇ ਉੱਤੇ ਤੁਸੀਂ ਆਪਣੀ ਰਜਿਸਟਰਡ ਆਈਡੀ ਲਿਖ ਕੇ ਪਾਸਵਰਡ ਦੇ ਵਿੱਚ ਪਾਸਵਰਡ ਮੈਂਸ਼ਨ ਕਰਨਾ ਹੈ। ਫਿਰ ਥੱਲੇ ਤੁਹਾਨੂੰ ਇੱਕ ਕੋਡ ਰੈੱਡ ਕਲਰ ਦੇ ਵਿੱਚ ਵੇਖਣ ਨੂੰ ਮਿਲੇਗਾ, ਉਹ ਕੋਡ ਤੁਸੀਂ ਐਜ਼ ਇਟ ਇਜ਼ ਟਾਈਪ ਕਰ ਦੇਣਾ। ਰਿਮੈਂਬਰ ਮੀ ਦੇ ਉੱਪਰ ਕਲਿੱਕ ਕਰਕੇ ਤੁਸੀਂ ਲੌਗਇਨ ਕਰ ਸਕਦੇ ਹੋ। ਲੌਗਇਨ ਕਰਦੇ ਹੀ ਮੇਨ ਪੇਜ ਦੇ ਉੱਪਰ ਤੁਹਾਡੀ ਆਨਸਰ ਕੀ ਸ਼ੋਅ ਹੋ ਰਹੀ ਹੈ। ਮੇਨ ਪੇਜ ਤੇ ਆਨਸਰ ਕੀ ਸ਼ੋਅ ਹੋ ਰਹੀ ਹੈ, ਬਸ ਉਸ ਆਨਸਰ ਕੀ ਜਿਹੜੀ ਹੈਗੀ ਹੈ ਉਹ ਤੁਹਾਡੇ ਸੈੱਟ ਦੀ, ਜਿਹੜਾ ਪੇਪਰ ਤੁਹਾਨੂੰ 24 ਦਸੰਬਰ ਨੂੰ ਆਇਆ ਸੀ, ਤੁਸੀਂ ਈਵਨਿੰਗ ਦਾ ਟੈਟ 1 ਦਾ ਪੇਪਰ ਦਿੱਤਾ, ਮਾਰਨਿੰਗ 'ਚ ਦਿੱਤਾ ਸੀ, ਟੈਟ 2 ਦਾ ਪੇਪਰ ਦਿੱਤਾ, ਉਹ ਈਵਨਿੰਗ 'ਚ ਪੇਪਰ ਹੋਇਆ ਸੀ, ਤੇ ਦੋਨੋਂ ਪੇਪਰਾਂ ਦੀ ਜਿਹੜੀ ਆਨਸਰ ਕੀ ਜਿਹੜੇ ਤੁਹਾਡੇ ਸੈੱਟ ਦੀ ਹੈ ਉਹ ਲੌਗਇਨ ਕਰਦੇ ਹੀ ਜਿਹੜੀ ਹੈਗੀ ਆ ਉਹ ਮੇਨ ਪੇਜ ਦੇ ਉੱਤੇ ਸ਼ੋਅ ਹੋ ਰਹੀ ਹੈ। ਸੋ ਉਸ ਆਨਸਰ ਕੀ ਦਾ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ, ਨੋਟ ਵੀ ਕਰ ਸਕਦੇ ਹੋ, ਆਨਸਰ ਕੀ ਡਾਊਨਲੋਡ ਵੀ ਕਰ ਸਕਦੇ ਹੋ। ਉਸ ਆਨਸਰ ਕੀ ਦੇ ਨਾਲ ਤੁਸੀਂ ਆਪਣੇ ਕੁਐਸਚਨਸ ਟੈਲੀ ਕਰ ਲੈਣੇ ਜਿਹੜੇ ਆਨਸਰ ਤੁਸੀਂ ਮਾਰਕ ਕਰਕੇ ਆਏ ਹੋ। ਸਾਡੇ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਉੱਤੇ ਕਲਿੱਕ ਕਰੋ, ਕਿਉਂਕਿ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹੀ ਦੱਸਣ ਜਾ ਰਹੇ ਹਾਂ ਕਿ ਕਿਹੜੇ ਕੁਐਸਚਨਸ ਨੇ ਜਿਨ੍ਹਾਂ ਦੇ ਉੱਤੇ ਆਬਜੈਕਸ਼ਨ ਬਣਦੀ ਪਈ ਹੈਗੀ ਹੈ। ਸਾਰੇ ਸਾਡੇ ਸਬਜੈਕਟ ਐਕਸਪਰਟਸ ਨੇ ਪੀਐਸ ਟੈਟ ਦੀ ਤਿਆਰੀ ਜਿਹੜੀ ਹੈਗੀ ਉਹ ਬੱਚਿਆਂ ਨੂੰ ਕਰਵਾਈ ਸੀ, ਅਸੀਂ ਤੁਹਾਨੂੰ ਪੇਪਰ ਅਨਾਲਿਸਿਸ ਵੀ ਕਰਕੇ ਦਿੱਤਾ ਸੀ, ਸਹੀ ਆਨਸਰਸ ਵੀ ਦੱਸੇ ਸੀ। ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਆਨਸਰ ਕੀ ਦੇ ਆਧਾਰ ਤੇ ਦੱਸਣ ਜਾ ਰਹੇ ਹਾਂ ਕਿ ਕਿਹੜੇ ਕੁਐਸਚਨ ਨੇ ਜਿਹੜੇ ਜਿਨ੍ਹਾਂ ਦੀ ਵੈਲਿਡ ਆਬਜੈਕਸ਼ਨ ਬਣਦੀ ਹੈ, ਜਿਹੜੇ ਕੁਐਸਚਨਸ ਦਾ ਆਨਸਰ ਜਿਹੜਾ ਹੈਗਾ ਉਹ ਆਨਸਰ ਕੀ ਜਿਹੜੀ ਅਫੀਸ਼ੀਅਲ ਰਿਲੀਜ਼ ਕੀਤੀ ਗਈ ਹੈ ਉਹਦੇ ਵਿੱਚ ਗਲਤ ਹੈਗਾ ਤੇ ਤੁਸੀਂ ਆਬਜੈਕਸ਼ਨਸ ਮਾਰਕ ਕਰ ਸਕਦੇ ਹੋ। ਇਸ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ, ਬੈਲ ਆਈਕਨ ਦੇ ਉੱਤੇ ਜੇ ਤੁਸੀਂ ਕਲਿੱਕ ਕਰ ਦਿਓ ਤੇ ਤੁਹਾਨੂੰ ਨਾਲ ਹੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਏਗਾ ਕਿ ਅਸੀਂ ਜਿਹੜਾ ਹੈਗਾ ਅਪਲੋਡ ਕਰਤਾ ਹੈਗਾ ਕਿ ਕਿਹੜੇ ਕੁਐਸਚਨ ਵੈਲਿਡ ਨੇ ਆਬਜੈਕਸ਼ਨ ਦੇ ਲਈ। ਪਰ ਆਬਜੈਕਸ਼ਨ ਫਾਈਲ ਕਰਨ ਦੇ ਲਈ ਜਰਨਲ ਕੈਟੇਗਰੀ ਵਾਲੇ ਜਿਹੜੇ ਕੈਂਡੀਡੇਟ ਸੀ, ₹450 ਉਹਨਾਂ ਦੀ ਫੀਸ ਹੈ। ਉਹਦਾ ਪੋਰਟਲ ਵੀ ਜਿਹੜਾ ਹੈਗਾ ਉਹ ਤੁਹਾਡੇ ਰਜਿਸਟਰਡ ਆਈਡੀ ਦੇ ਵਿੱਚ ਹੀ ਦਿੱਤਾ ਗਿਆ, ਉੱਤੋਂ ਹੀ ਅੱਗੇ ਜਿਹੜੀ ਆਬਜੈਕਸ਼ਨ ਲਗਾਈ ਜਾਏਗੀ। ਤੇ ਜਿਹੜੇ ਰਿਜ਼ਰਵਡ ਕੈਟੇਗਰੀ ਦੇ ਨੇ, ਐਸਸੀ ਐਸਟੀ ਬੀਸੀ ਸਾਰੀ ਰਿਜ਼ਰਵਡ ਕੈਟੇਗਰੀਜ਼ ਦੇ ਵਿੱਚ ਜਿਹੜੇ ਆਉਂਦੇ ਨੇ, ਉਹਨਾਂ ਦਾ ₹300 ਜਿਹੜਾ ਹੈਗਾ ਉਹ ਫੀਸ ਹੈਗੀ ਹੈ ਇੱਕ ਕੁਐਸਚਨ ਦੇ ਆਬਜੈਕਸ਼ਨ ਲਗਾਉਣ ਦੀ। ਤੇ ਐਕਸ ਸਰਵਿਸਮੈਨ ਹੀ ਇਹੋ ਜਿਹੇ ਕੈਂਡੀਡੇਟਸ ਨੇ ਜਿਹੜੇ ਫ੍ਰੀ ਦੇ ਵਿੱਚ ਜਿਹੜੇ ਹੈਗੇ ਆ ਉਹ ਆਬਜੈਕਸ਼ਨ ਫਾਈਲ ਕਰ ਸਕਦੇ ਨੇ। ਆਬਜੈਕਸ਼ਨ ਫਾਈਲ ਕਰਨ ਦਾ ਵੀ ਜਿਹੜਾ ਤਰੀਕਾ ਹੈਗਾ ਉਹ ਵੀ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ। ਰਜਿਸਟਰਡ ਯੂਜ਼ਰ ਦੇ ਬਲੌਗ ਰਜਿਸਟਰਡ ਯੂਜ਼ਰ ਤੇ ਲੌਗਇਨ ਕਰਕੇ ਹੀ ਤੁਸੀਂ ਜਿਹੜਾ ਹੈਗਾ ਆਬਜੈਕਸ਼ਨ ਫਾਈਲ ਕਰ ਸਕਦੇ ਹੋ। ਆਬਜੈਕਸ਼ਨੇਬਲ ਕੁਐਸਚਨ ਕਿਹੜਾ ਹੈ ਇਹ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ। ਪੇਮੈਂਟ ਜਿਹੜੀ ਹੈਗੀ ਹੈ ਜਨਰਲ ਕੈਟੇਗਰੀ ਦੀ ਸਾਢੇ 400 ਹੈ, ਰਜਿਸਟਰਡ ਕੈਟੇਗਰੀ ਜਿਹੜੀ ਰਿਜ਼ਰਵਡ ਕੈਟੇਗਰੀ ਵਾਲੇ ਨੇ ਉਹਨਾਂ ਦੀ 300 ਹੈ, ਐਕਸ ਸਰਵਿਸ ਮੈਨ ਦੀ 0 ਹੈ। ਤੇ 2 ਫਰਵਰੀ ਆਖਰੀ ਤਰੀਕ ਹੈ, 2 ਫਰਵਰੀ ਆਖਰ 2 ਜਨਵਰੀ 2 ਜਨਵਰੀ 2022 ਆਖਰੀ ਤਰੀਕ ਹੈ ਆਬਜੈਕਸ਼ਨ ਲਗਾਉਣ ਦੀ। ਇਸ ਲਈ ਫਟਾਫਟ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਤੇ ਕਲਿੱਕ ਕਰ ਲਓ। ਅਗਲੀ ਵੀਡੀਓ ਤੁਹਾਡੇ ਨਾਲ ਸਾਂਝਾ ਹੋਵਾਂਗੇ ਕਿ ਕਿਹੜੇ ਕੁਐਸਚਨ ਆਬਜੈਕਸ਼ਨੇਬਲ ਨੇ ਤੇ ਕਿਹਨਾਂ ਉੱਤੇ ਤੁਹਾਨੂੰ ਆਬਜੈਕਸ਼ਨ ਲਗਾਉਣੀ ਚਾਹੀਦੀ ਹੈ। ਧੰਨਵਾਦ।